ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਸਰਬਜੀਤ ਕੌਰ, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ 'ਚ, ਜਿਸ ਵਿੱਚ ਅੱਜ ਮੈਂ ਬਣਾ ਰਹੀ ਹਾਂ ਪੰਜੀਰੀ। ਪੰਜੀਰੀ ਕਿਹੜੀ ਬਣਾਊਂਗੀ, ਆਹ ਵੇਖੀਏ। ਵਾਹਿਗੁਰੂ। ਸਭ ਤੋਂ ਪਹਿਲਾਂ ਮੈਂ ਕੜਾਹੀ ਚੜ੍ਹਾ ਲਈ ਹੈ। ਜਿਹੜੀ ਅੱਜ ਦੀ ਪੰਜੀਰੀ ਮੈਂ ਬਣਾ ਰਹੀ ਹਾਂ ਨਾ, ਉਹ ਜਿਹੜੀ ਬਹੁਤ ਜ਼ਿਆਦਾ ਤਾਕਤਵਰ ਹੈ, ਜਿਵੇਂ ਕੋਈ ਵੀ ਖਾਏਗਾ ਨਾ, ਸਪੈਸ਼ਲ ਪੰਜੀਰੀ ਉਹਨਾਂ ਵਾਸਤੇ ਨਹੀਂ ਹੈਗੀ ਜਿਹੜੀ ਡਿਲੀਵਰੀ ਵਾਲੇ ਵਾਸਤੇ ਸਪੈਸ਼ਲ ਪੰਜੀਰੀ ਬਣਦੀ ਨਾ, ਇਹ ਜਿਹੜੀ ਪੰਜੀਰੀ ਹੈ ਇਹ ਹਰ ਕੋਈ ਖਾ ਸਕਦਾ ਅਤੇ ਬੱਚਿਆਂ ਵਾਸਤੇ ਅਤੇ ਸਾਰਿਆਂ ਵਾਸਤੇ ਬਹੁਤ ਤਾਕਤਵਰ ਹੈ। ਦੇਸੀ ਘਿਓ ਹੈ, ਤੁਹਾਨੂੰ ਪਤਾ ਹੀ ਹੈ, ਹਰ ਵਾਰੀ ਜਿਹੜਾ ਘਿਓ ਮੈਂ ਪਿਓਰ ਹੀ ਲੈਂਦੀ ਹਾਂ, ਮੱਝ ਦਾ ਘਿਓ ਹੈ। ਸੇਕ ਜਿਹੜਾ ਪੰਜੀਰੀ ਵਾਸਤੇ ਹਮੇਸ਼ਾ ਖੁੱਲ੍ਹਾ ਹੀ ਚਾਹੀਦਾ ਹੁੰਦਾ। ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਨਾ ਘਿਓ ਦੀ, ਤੁਹਾਨੂੰ ਮੈਂ ਦੱਸ ਨਹੀਂ ਸਕਦੀ ਹੈਗੀ। ਬਸ ਥੋੜ੍ਹਾ ਘਿਓ ਲਵਾਂਗੇ। ਪਾਈ ਅਖਰੋਟ ਲੈ ਰਹੀ ਹਾਂ, ਇਹਨਾਂ ਨੂੰ ਫਰਾਈ ਕਰ ਲਵਾਂਗੇ। ਜੋ ਕਦੀ ਕਦੀ ਜਿਹੜਾ ਡਰਾਈ ਫਰੂਟਸ ਹੁੰਦਾ ਨਾ, ਉਹਨਾਂ ਨੂੰ ਫਰਾਈ ਕੀਤਾ ਜਾਂਦਾ ਨਾ, ਅਤੇ ਉਹ ਵੀ ਦੇਸੀ ਘਿਓ ਵਿੱਚ, ਅਸਲੀ ਘਿਓ ਵਿੱਚ, ਅਤੇ ਜਿਹੜਾ ਇਹਨਾਂ ਦਾ ਫਲੇਵਰ ਬਹੁਤ ਜ਼ਿਆਦਾ ਵੱਧ ਜਾਂਦਾ। ਸਿੰਪਲ ਘਿਓ ਹੈਗਾ ਨਾ, ਉਹਦਾ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ। ਨਕਲੀ ਘਿਓ ਜਿਹੜਾ ਹੁੰਦਾ, ਜਿਹੜਾ ਡੱਬਿਆਂ ਵਿੱਚ ਆਉਂਦਾ ਨਾ, ਜਿਹੜਾ ਬਾਜ਼ਾਰ ਵਿੱਚ ਮਿਲਦਾ, ਉਹਦਾ ਤਾਂ ਟੇਸਟ ਵੀ ਨਹੀਂ ਅੱਛਾ ਲੱਗਦਾ ਹੈਗਾ, ਸਿੰਪਲ ਜਿਵੇਂ ਪਾਣੀ ਜਿਹਾ ਹੀ ਲੱਗਦਾ। ਜਿਹੜਾ ਅਸਲੀ ਘਿਓ ਹੁੰਦਾ ਨਾ, ਮੱਝ ਦਾ ਘਰੋਂ ਮਿਲਦਾ, ਅਤੇ ਪੰਜੀਰੀ ਤੁਸੀਂ ਹਮੇਸ਼ਾ ਉਸੇ ਘਿਓ ਦੀ ਬਣਾਇਆ ਕਰੋ। ਪੰਜੀਰੀ ਵਾਸਤੇ ਜਿਹੜਾ ਖੁੱਲ੍ਹੇ ਸੇਕ ਚਾਹੀਦਾ ਹੁੰਦਾ, ਤਾਂ ਇਹਨਾਂ ਨੂੰ ਮੈਂ ਇਹਦੇ ਵਿੱਚ ਕੱਢੀ ਜਾਵਾਂਗੀ, ਉਹਦੇ ਬਾਅਦ ਵਿੱਚ ਮੈਂ ਫਰਾਈ ਕਰਾਂਗੀ ਇਹਨਾਂ ਨੂੰ। ਇਹਨੂੰ ਮੈਂ ਗ੍ਰਾਇੰਡ ਕਰ ਲਵਾਂਗੀ ਨਾ। ਇੱਕ ਕੋਲੀ ਜਿਹਾ ਮੈਂ 100 ਗ੍ਰਾਮ ਮਖਾਣੇ ਨੇ, ਮਖਾਣੇ ਵੀ ਜਿਹੜੇ ਵਧੀਆ ਤਰ੍ਹਾਂ ਫਰਾਈ ਹੁੰਦੇ ਨਾ ਅਤੇ ਸਵਾਦ ਲੱਗਦੇ ਨੇ। ਮਖਾਣੇ ਫਰਾਈ ਹੋ ਜਾਣਗੇ ਨਾ, ਥੋੜ੍ਹਾ ਕਰੰਚੀ ਹੋ ਜਾਂਦਾ, ਇਹਨਾਂ ਦੇ ਸਾਈਜ਼ ਜਿਹੜਾ ਥੋੜ੍ਹਾ ਛੋਟਾ ਹੋ ਜਾਂਦਾ ਹੈ। ਇੰਨਾ ਜਗ ਘਿਓ ਪਾ ਰਹੀ ਹਾਂ, 250 ਗ੍ਰਾਮ ਕਾਜੂ। ਕਾਜੂ ਦੇ ਨਾਲ ਕੀ ਹੁੰਦਾ, ਕਾਜੂ ਖਾਣ ਦੇ ਨਾਲ ਜਿਹੜੇ ਸਕਿਨ 'ਤੇ ਜਿਹੜੀ ਝੁਰੀਆਂ ਨਹੀਂ ਜਲਦੀ ਆਉਂਦੀਆਂ, ਚੱਲ ਰਹੀ ਹੁੰਦੀ ਨਾ ਬਹੁਤ ਜਲਦੀ, ਇਹਦੇ 'ਚ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਅੱਛੀ। ਆ ਜਿਹੜੀ ਪੰਜੀਰੀ ਥੋੜ੍ਹਾ ਅਲੱਗ ਹੈ, ਪੰਜੀਰੀ ਨੂੰ ਸਕਿਪ ਨਾ ਕਰੋ, ਵੀੜੀ ਨੂੰ ਪੂਰਾ ਉਬਲ ਕਰੋ। ਜ਼ਿਆਦਾ ਸੇਕ ਲਗਾਉਣ ਦੀ ਲੋੜ ਨਹੀਂ ਹੁੰਦਾ, ਬਸ ਹਲਕਾ ਹਲਕਾ ਕਰਕੇ ਕੱਢ ਲੈਂਦੇ ਹਾਂ। ਮਾਮਰਾ ਬਦਾਮ ਲੈ ਰਹੀ ਹੈ, ਇਹ ਜਿਹੜਾ ਛੋਟੇ ਬੱਚਿਆਂ ਦੇ ਮਾਇੰਡ ਵਾਸਤੇ ਬਹੁਤ ਜ਼ਿਆਦਾ ਅੱਛਾ ਹੁੰਦਾ, ਅਤੇ ਇਹ ਜਿਹੜਾ ਬਦਾਮ ਇਹਨੂੰ ਰਾਤ ਨੂੰ ਪੀ ਕੇ ਅਤੇ ਸਵੇਰੇ ਇਹਨੂੰ ਪੀਲ ਆਫ ਕਰਕੇ ਖਾਓ, ਅਤੇ ਇਹ ਜਿਹੜੇ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ। ਆ ਜਿਹੜਾ ਬਦਾਮ ਹੈ ਨਾ, ਥੋੜ੍ਹਾ ਕੋਸਟਲੀ ਹੁੰਦਾ, ਜਿਹੜੇ ਨੋਰਮਲ ਆਪਾਂ ਬਦਾਮ ਲੈਂਦੇ ਹਾਂ ਉਹ ਤੋਂ 3 ਗੁਣਾ ਜਿਹੜਾ ਕੋਸਟਲੀ ਬਦਾਮ ਹੈ। ਆ ਦੇਖੋ ਇਹਦੀ ਪੈਕਿੰਗ ਵੀ ਕਿੰਨੀ ਸੋਹਣੀ ਹੈ, ਜਿਹੜਾ ਆਮ ਬਦਾਮ ਹੁੰਦਾ ਨਾ ਉਹਦੀ ਪੈਕਿੰਗ ਵੀ ਤੁਹਾਨੂੰ ਦਿਖਾਉਂਦੀ। ਆਮ ਬਦਾਮ ਜਿਹੜਾ ਹੁੰਦਾ ਇਹੋ ਜਿਹਾ ਹੁੰਦਾ, ਆਪਾਂ ਨੂੰ ਇਹੋ ਜਿਹਾ ਰੈਪਰ ਮਿਲਦਾ ਇਹਦੇ ਨਾਲ। ਆਹ ਜਿਹੜਾ ਬਦਾਮ ਨਾ ਥੋੜ੍ਹਾ ਲੰਬਾ ਵੀ ਹੁੰਦਾ। ਹੁਣ ਇੱਕ ਤਾਂ ਹੈਗਾ ਆਹ ਵੇਖੋ, ਆਹ ਹੈਗਾ ਮਾਮਰਾ ਬਦਾਮ, ਅਤੇ ਆਹ ਹੈਗਾ ਨੋਰਮਲ ਬਦਾਮ। ਢਾਈ ਸੌ ਗ੍ਰਾਮ ਬਦਾਮ ਹੈ। ਪਿਛਲੀ ਸਰਦੀਆਂ ਨਾ ਮੈਂ ਪੰਜੀਰੀ ਨਹੀਂ ਪਾਈ ਸੀ, ਅਤੇ ਮੇਰੇ ਕੋਲ ਮੈਸੇਜ ਆ ਦਿੰਦਾ ਸੀ ਕਿ ਜਦੋਂ ਅਸੀਂ ਤੁਹਾਡੇ ਪੰਜੀਰੀ ਦੀ ਵੀਡੀਓ ਵੇਖਦੇ ਨਾ, ਸਾਡੇ ਮੂੰਹ 'ਚ ਪਾਣੀ ਆ ਜਾਂਦਾ, ਅਤੇ ਮੈਂ ਨਾ
ਕਦੇ ਗੌਰ ਜਿਹਾ ਨਹੀਂ ਕੀਤਾ। ਪਿਛਲੀ ਵਾਰ ਮੈਂ ਪੰਜੀਰੀ ਨਹੀਂ ਪਾਈ ਹੈਗੀ ਅਤੇ ਮੈਂ ਇੱਕ ਦਿਨ ਪੰਜੀਰੀ ਦੀ ਵੀਡੀਓ ਲਾ ਕੇ ਬੈਠੀ, ਮੇਰੇ ਮੂੰਹ 'ਚ ਪਾਣੀ ਆਈ ਜਾਵੇ, ਮੈਂ ਕਿਹਾ ਆਏ ਮੈਂ ਸਾਲ ਪੰਜੀਰੀ ਨਹੀਂ ਪਾਈ ਅਤੇ ਪੰਜੀਰੀ ਨੂੰ ਐਵੇਂ ਪਾਣੀ ਸੱਚੀ ਆਉਂਦਾ। ਬਦਾਮ ਵੀ ਜਿਹੜੇ ਆਪਣੇ ਦਾਣੇ ਵਾਂਗੂ ਭੁੱਜਦੇ ਨੇ। ਡੇਢ ਸੌ ਗ੍ਰਾਮ ਹੈ ਗੋਂਦ, ਹੈ ਇਹ ਜਿਹੜੀ ਗੋਡਿਆਂ ਵਾਸਤੇ ਬਹੁਤ ਸਹੀ ਹੁੰਦੀ ਹੈ। ਇਹ ਦਰੱਖਤਾਂ ਤੋਂ ਲਈ ਜਾਂਦੀ ਹੈ ਗੋਂਦ ਜਿਹੜੀ ਹੁੰਦੀ ਹੈ ਨਾ। ਗੋਂਦ ਜਿਹੜੀ ਹੈ ਵਧੀਆ ਤਰ੍ਹਾਂ ਜਿਹੜੀ ਫੁੱਲਣੀ ਚਾਹੀਦੀ ਹੈ, ਦੇਖ ਸਕਦੇ ਟਾਈਮ ਵੀ ਥੋੜ੍ਹੀ ਥੋੜ੍ਹੀ ਫੁੱਲ ਰਹੀ ਹੈ। ਸਰਦੀਆਂ ਵਿੱਚ ਨਾ ਤੁਸੀਂ ਇਹ ਗੋਂਦ ਜ਼ਰੂਰ ਪਾ ਕੇ ਭਾਵੇਂ ਥੋੜ੍ਹੇ ਲੱਡੂ ਬਣਾ ਲਓ ਜਾਂ ਫਿਰ ਪੰਜੀਰੀ ਬਣਾ ਲਓ, ਪਰ ਬਣਾਇਆ ਜ਼ਰੂਰ ਕਰੋ। ਸਰਦੀਆਂ ਦਾ ਖਜ਼ਾਨਾ ਹੁੰਦੀ ਪੰਜੀਰੀ, ਬੱਚਿਆਂ ਵਾਸਤੇ ਬਹੁਤ ਵਧੀਆ ਹੁੰਦੀ ਹੈ। ਇਹਦੇ ਵਿੱਚ ਥੋੜ੍ਹੀ ਜਿਹੀ ਵੀ ਜਿਹੜੀ ਗੋਂਦ ਕੱਚੀ ਨਹੀਂ ਲੈਣੀ ਚਾਹੀਦੀ ਹੈਗੀ, ਹੁਣ ਇਹ ਤਾਂ ਫਿਰ ਮੂੰਹ ਵਿੱਚ ਆਉਂਦੀ ਨਾ ਉਹ ਫਿਰ ਚਿਪ ਚਿਪ ਜੀ ਕਰੇਗੀ, ਦਾਣਾ ਚਿਪਦੀ ਹੈ, ਇਸ ਕਰਕੇ ਵਧੀਆ ਤਰੀ ਦਾਣਾ ਦਾਣਾ ਫੁੱਲ ਜਾਣੀ ਚਾਹੀਦੀ ਹੈ। ਸੇਕ ਨੂੰ ਹਮੇਸ਼ਾ ਵਧੀਆ ਰੱਖਿਓ, ਫੁੱਲ ਗੈਸ ਤਾਂ ਕਰੋਗੇ ਅਤੇ ਆਪਣੇ ਹਿਸਾਬ ਨਾਲ ਲੈ ਲੈਣਾ ਸਮਾਨ। ਮੈਨੂੰ ਅਕਸਰ ਮੈਸੇਜ ਆਉਂਦੇ ਨੇ ਕਿ ਅਸੀਂ ਪੰਜੀਰੀ ਪਾਉਣ ਲੱਗੇ ਅਤੇ ਕਿੰਨਾ ਕਿੰਨਾ ਸਮਾਨ ਲਿਆ, ਉਹ ਘਿਓ ਦੇ ਹਿਸਾਬ ਨਾਲ ਹੁੰਦਾ। ਆਪਣਾ ਪੰਸਾਰੀ ਦੇ ਕੋਲ ਚੱਲ ਜਾਣਾ, ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਨੂੰ ਦੱਸ ਦਿਓ, ਉਹ ਵੀ ਤੁਹਾਨੂੰ ਸਿੱਧਾ ਹੀ ਪੁੱਛਣਗੇ ਕਿੰਨਾ ਘਿਓ ਚਾਹੀਏ, ਕਿੰਨਾ ਘਿਓ ਲੈ ਰਹੇ ਹੋ, ਕਿਉਂਕਿ ਘਿਓ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ ਅਤੇ ਘਿਓ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਦੇ ਦੇਣਗੇ ਸਮਾਨ। ਦੇਖ ਸਕਦੇ ਹੋ ਕਿਧਰੇ ਵੀ ਜਿਹੜੇ ਕੱਚੀ ਨਹੀਂ ਦਿਖਦੀ ਪਈ ਗੋਂਦ। ਗੋਂਦ ਚਾਰ ਤਰ੍ਹਾਂ ਦੀ ਹੁੰਦੀ ਹੈ, ਅਤੇ ਜਿਵੇਂ ਨਿੰਮ ਦੀ, ਕਿੱਕਰ ਦੀ, ਸਾਰੀ ਉਹਨਾਂ ਨੂੰ ਕਹਿ ਦਿੰਦਾ ਕਿ ਇਹ ਚਾਰ ਤਰ੍ਹਾਂ ਦੀ ਗੋਂਦ ਦੇ ਦਿਓ, ਨਹੀਂ ਤਾਂ ਸਿੰਪਲ ਜਿਹੜੀ ਗੋਂਦ ਹੁੰਦੀ ਉਹ ਵੀ ਬਹੁਤ ਵਧੀਆ ਹੁੰਦੀ ਹੈ। ਗੋਂਦ ਮੈਂ ਇਹਦੇ ਵਿੱਚ ਕੱਟ ਰਹੀ ਹਾਂ। ਹੁਣ ਮੈਂ ਕਰਾਂਗੀ ਮਗਜ ਫਰਾਈ। ਮਗਜ ਹੁੰਦੇ ਚਾਰ ਤਰ੍ਹਾਂ ਦੇ, ਆ ਹੈਗੇ ਨੇ ਖੀਰੇ ਵਾਲੇ, ਖੀਰੇ ਦੇ ਬੀਜ, ਇਹ ਦਾਣੇ ਵਾਂਗੂ ਭੁੱਜਦੇ ਨੇ। ਹੁਣ ਇਹਨੂੰ ਇੱਧਰ ਕਰਕੇ ਕੱਟ ਲਈ ਹੈ। ਡੂੰਗੀ ਕੜਾਈ ਨਹੀਂ ਹੈਗੀ, ਖੁੱਲਣਾ ਹੈ। 50 ਗ੍ਰਾਮ ਸੂਰਜਮੁਖੀ, ਅਲੱਗ ਅਲੱਗ ਫਰਾਈ ਕਰਨੇ ਆ ਕਿਉਂਕਿ ਇਹ ਜਿਹੜਾ ਥੋੜ੍ਹਾ ਸੂਰਜਮੁਖੀ ਦੇ ਬੀਜ ਥੋੜ੍ਹਾ ਟਾਈਮ ਲੈ ਲੈਂਦੇ ਨੇ ਅਤੇ ਉਹ ਇੱਕਦਮ ਹੋ ਜਾਂਦੇ ਨੇ ਹੀਰੇ ਦੇ। ਦੋਨੇ ਭੈਣ ਭਰਾਵਾਂ ਨੂੰ ਮੈਂ ਸਵਾਇਆ ਹੋਇਆ, ਮੈਂ ਕਿਹਾ ਪੰਜੀਰੀ ਭੰਨ ਕੇ। 100 ਗ੍ਰਾਮ ਕੱਦੂ ਦੇ ਬੀਜ ਨੇ, ਇਹ ਵੇਟ ਲੋਸ ਵਾਸਤੇ ਚਾਰ ਜਿਹੜੇ ਮਗਜ ਨੇ ਨਾ ਵਧੀਆ ਹੁੰਦੇ ਨੇ ਕਿਉਂਕਿ ਇਹਨਾਂ ਵਿੱਚ ਫਾਈਬਰ ਜ਼ਿਆਦਾ ਹੁੰਦਾ ਨਾ। ਫਰਾਈ ਹੋ ਗਏ ਨੇ, ਤਰਬੂਜ ਦੇ ਵੀ 50 ਗ੍ਰਾਮ,
ਹੁਣ ਇਹ ਵੀ ਫਰਾਈ ਹੋ ਗਏ ਨੇ, ਇਹਨਾਂ ਨੂੰ ਪਨੀਰ ਕੱਢ ਲਵਾਂਗੇ। ਇਹਨਾਂ ਸਾਰੇ ਜਿਹੜਾ ਸਮਾਨ ਮੈਂ ਫਰਾਈ ਕੀਤਾ ਨਾ, ਇਹਨੂੰ ਪੀਸ ਲਵਾਂਗੇ। ਹੁਣ ਇਹ ਸਮਾਨ ਨੂੰ ਪੀਸਣ ਦਾ ਕੰਮ ਮੈਨੂੰ ਮਿਲਿਆ ਹੋਇਆ ਅਤੇ ਆਪਾਂ ਇਹਨੂੰ ਮਿਕਸੀ 'ਚ ਪੀਸ ਲਵਾਂਗੇ। ਲੇਕਿਨ ਆਪਾਂ ਇਹਨੇ ਨਾ ਜ਼ਿਆਦਾ ਨਹੀਂ ਪੀਸਣਾ, ਹਲਕਾ ਜਿਹਾ ਦਰੜ ਫਰੜ ਜਿਹਾ ਕਰਨਾ। ਆਪਾਂ ਪਹਿਲਾਂ ਪੀਸਿਆ ਨਾ ਹਲਕਾ ਜਿਹਾ, ਅਤੇ ਨਾ ਇਹਨਾਂ ਲੈ ਲਵਾਂਗੇ ਅਤੇ ਇਹਨੂੰ ਪੀਸਦੇ ਜਾਵਾਂਗੇ। ਜ਼ਿਆਦਾ ਨਹੀਂ ਪੀਸਣਾ, ਹਲਕਾ ਜਿਹਾ ਪੀਸਣਾ ਬਸ। ਚਾਰ ਕਿਲੋ ਘਿਓ ਹੈ ਵੈਸੇ ਤਾਂ, ਘਿਓ ਜਿਹੜਾ ਤੁਸੀਂ ਖੁੱਲ੍ਹਾ ਲੈ ਕੇ ਬਹਿਣਾ। ਵੈਸੇ ਦੋ ਕਿਲੋ ਦੇ ਘਿਓ ਦੇ ਨਾਲ ਬਣ ਜਾਣੀ ਹੈ, ਕਿਉਂਕਿ ਸਮਾਨ ਫਰਾਈ ਵੀ ਹੁੰਦਾ ਨਾ, ਅਤੇ ਆਪਾਂ ਇਹਦੇ ਵਿੱਚ ਪਾਉਣਾ। ਕਿਲੋ ਬੇਸਣ ਲੈ ਰਹੀ ਹਾਂ, ਬੇਸਣ ਥੋੜ੍ਹਾ ਟਾਈਮ ਜ਼ਿਆਦਾ ਲੈਂਦਾ ਭੁੱਜਣੇ 'ਚ, ਨੋਰਮਲ ਜਿਹੇ ਸੇਕ 'ਤੇ ਭੁੰਨਾਂਗੇ। ਹੁਣ ਬੇਸਣ ਨੂੰ ਐਵੇਂ ਭੁੱਜਣ ਦੇਵਾਂਗੀ ਮੈਂ ਥੋੜ੍ਹੀ ਦੇਰ ਵਾਸਤੇ। ਜੋ ਬੇਸਣ ਭੁੱਜਣਾ ਸ਼ੁਰੂ ਹੋ ਜਾਂਦਾ ਨਾ, ਫਿਰ ਇਹਦੀ ਇਹ ਆਪਣੇ ਆਪ ਹੀ ਖੁਸ਼ਬੂ ਛੱਡਣੀ ਸ਼ੁਰੂ ਕਰ ਦਿੰਦਾ। ਹੁਣ ਇਹ ਦੇਖੋ ਬੇਸਣ ਨੇ ਜਿਹੜਾ ਥੋੜ੍ਹਾ ਥੋੜ੍ਹਾ ਘਿਓ ਛੱਡਣਾ ਸ਼ੁਰੂ ਕਰਤਾ। ਵੇਖਣ ਨੂੰ ਐਂ ਲੱਗਦਾ ਤਾਂ ਜਿਵੇਂ ਘਿਓ ਹੋਰ ਪਾਤਾ ਹੁੰਦਾ। ਅੱਜ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਹੈ। ਮੇਰੀਆਂ ਬਾਹਾਂ ਪੀੜ ਹੋਣ ਲੱਗ ਗਈਆਂ ਹੁਣ, ਅਤੇ ਕੰਮ ਦੇ ਡੈਡੀ ਹੈਲਪ ਕਰਵਾ ਰਹੇ ਨੇ। ਵਾਹਿਗੁਰੂ ਜੀ, ਕਾਕੇ ਉੱਠ ਕੇ ਖਾਣਗੇ, ਖੁਸ਼ ਹੋ ਜਾਣਗੇ। ਦੋਵਾਂ ਨੂੰ ਮਿੱਠਾ ਬਹੁਤ ਪਸੰਦ ਹੈ, ਖਾਸ ਕਰਕੇ ਜੋ ਵੀਡੀਓ ਵਿੱਚ ਚੀਜ਼ ਪਾਉਂਦੇ ਨੇ ਉਹ ਤਾਂ ਬਹੁਤ ਪਸੰਦ ਆਉਂਦੀ ਹੈ। ਬੇਸਣ ਇੰਨਾ ਗਰਮ ਹੁੰਦਾ ਨਾ, ਜੋ ਆਪਾਂ ਸੇਕਦੇ ਉਤੋਂ ਵੀ ਕਰਦੀ ਆ, ਫਿਰ ਵੀ ਭੁੱਜਦਾ ਰਹਿੰਦਾ ਆਪਣੇ ਆਪ ਹੀ। ਬੇਸਣ ਵਧੀਆ ਤਰ੍ਹਾਂ ਪੱਕ ਜਾਂਦਾ ਨਾ, ਸਲੋ ਫਲੇਮ 'ਤੇ ਪਕਾਉਣਾ ਮਤਲਬ, ਜੇ ਹਾਈ ਫਲੇਮ 'ਤੇ ਪਕਾਉਂਗੇ ਉਹਦਾ ਕਲਰ ਚੇਂਜ ਹੋ ਜਾਂਦਾ, ਸਲੋ ਫਲੇਮ 'ਤੇ ਪਕਾਵਾਂਗੇ ਨਾ, ਅਤੇ ਫਿਰ ਜਿਹੜਾ ਬੇਸਣ ਦੀ ਖੁਸ਼ਬੂ ਜਿਹੜੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ। ਹੁਣ ਜਿਹੜੀ ਇਹ ਵੀਡੀਓ ਦੀ ਮੇਨ ਚੀਜ਼ ਭੁੱਜੇਗੀ, ਕੜਾਹੀ ਚੜਾ ਦਿੱਤਾ, ਕੜਾਹੀ ਨਹੀਂ ਆਪਾਂ ਇਸਨੂੰ ਕਹਿ ਸਕਦੇ। ਇਹ ਥੱਲਾ ਵੇਖੋ ਕਿੰਨਾ ਮੋਟਾ ਹੈ, ਵੇਖੋ ਕਿੰਨੀ ਮੋਟੀ ਚਾਦਰ ਹੈ। ਹੁਣ ਲੱਗੇਗਾ ਘਿਓ, ਹੁਣ ਮੈਂ ਦੋ ਕੜਛੀਆਂ ਘਿਓ ਪਾ ਕੇ ਨਾ
ਜਿਹੜੀ ਪੰਜੀਰੀ ਵਾ ਜਿਹੜੀ ਸਰਦੀ ਖਾਂਸੀ ਜ਼ੁਕਾਮ ਵਾਸਤੇ ਵੀ ਬਹੁਤ ਵਧੀਆ। ਬਾਕੀ ਵੇਖ ਲਾਂਗੇ ਬਾਅਦ ਵਿੱਚ ਘੱਟ ਰਿਹਾ ਤੇ। ਕਦੇ 2 ਕਿਲੋ ਆ ਸਾਰੀ ਮੂੰਗ ਦਾਲ ਉਹਨੂੰ ਮੈਂ ਧੋ ਕੇ ਸੁਕਾ ਕੇ ਰਾਤ ਨੂੰ ਸੁਕਾ ਲਿਆ ਸੀ ਪੱਖੇ ਦੇ ਨੀਚੇ ਅਤੇ ਫਿਰ ਅਗਲੇ ਦਿਨ ਜਿਹੜਾ ਪਿਆ ਲਿਆ ਸੀ ਇਹਨੂੰ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਇਹਨੂੰ ਨਾ ਚੱਕੀ ਤੋਂ ਪਿਆ ਲਓ ਵਧੀਆ ਰਹਿੰਦਾ ਕਿਉਂਕਿ ਫਿਰ ਨਾ ਮਿਕਸੀ 'ਚ ਕਰੋ ਨਾ ਕਈ ਵਾਰੀ ਜਿਹੜਾ ਹੁੰਦਾ ਥੋੜ੍ਹਾ ਜਿਹਾ ਦਰੜ ਫਰੜ ਜਿਹਾ ਰਹਿ ਜਾਂਦਾ ਦਾਣਾ ਜਿਹਾ ਮੂੰਹ 'ਚ ਆਉਂਦਾ ਨਾ। ਹਰੀ ਮੂੰਗ ਦਾਲ ਜਿਹੜੀ ਬਹੁਤ ਜ਼ਿਆਦਾ ਤਾਕਤਵਰ ਹੁੰਦੀ ਹੈ ਜਿਵੇਂ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨਾ ਉਹਨਾਂ ਦੇ ਲੱਤਾਂ 'ਚ ਦਰਦ ਹੁੰਦੀ ਹੈ ਨਾ ਅਤੇ ਇਹਦੇ ਵਿੱਚ ਫੋਲਿਕ ਐਸਿਡ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਜਿਹੜੇ ਛੋਟੇ ਬੱਚੇ ਨੇ ਭੱਜਦੇ ਭੁੱਜਦੇ ਨੇ ਅਤੇ ਉਹ ਉਦੋਂ ਵੀ ਲੱਤ ਦਰਦ ਹੁੰਦੀਆਂ ਨੇ ਅਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਠੀਕ ਹੈ ਬੱਚੇ ਵਾਸਤੇ ਛੋਟੇ ਬੱਚੇ ਵਾਸਤੇ ਅਤੇ ਪ੍ਰੈਗਨੈਂਟ ਲੇਡੀ ਵਾਸਤੇ ਜਿਹੜੇ ਫੋਲਿਕ ਐਸਿਡ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਫੋਲਿਕ ਐਸਿਡ ਅਤੇ ਫਾਈਬਰ ਪਾਇਆ ਜਾਂਦਾ ਹੈ ਅਤੇ ਇਹਦਾ ਤੁਸੀਂ ਪੂੜਾ ਵੀ ਬਣਾ ਕੇ ਖਾ ਸਕਦੇ ਹੋ ਜਿਵੇਂ ਡੇਲੀ ਲਾਈਫ 'ਚ ਬ੍ਰੇਕਫਾਸਟ 'ਚ ਲੈ ਸਕਦੇ ਹੋ ਪੂੜਾ ਦਾ। ਇਹ ਜਿਹੜੀ ਪੰਜੀਰੀ ਖਾਣ ਨਾਲ ਨਾ ਬੰਦਾ ਮੋਟਾ ਨਹੀਂ ਹੁੰਦਾ ਹੈਗਾ। ਘਿਓ ਪਾ ਲਏ ਮੈਂ ਹੋਰ ਇਸ ਟਾਈਮ ਤੱਕ ਮੇਰਾ 3 ਕਿਲੋ ਘਿਓ ਲੱਗ ਚੁੱਕਿਆ ਕਿਉਂਕਿ ਜਿਹੜੇ 2 ਕਿਲੋ ਜਿਹੜੀ ਹੈਗੀ ਦਾਲ ਅਤੇ ਕਿਲੋ ਬੇਸਣ ਸੀ ਅਤੇ ਡਰਾਈ ਫਰੂਟਸ ਤੁਸੀਂ ਦੇਖ ਸਕਦੇ ਹੋ ਅਤੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣਾ ਇਹਨੂੰ। ਹੁਣ ਇਹਦੇ 'ਚ ਹੋਰ ਘਿਓ ਨਹੀਂ ਪਾਵਾਂਗੀ ਮੈਂ ਕਿਉਂਕਿ ਹੁਣ ਪੱਕ ਕੇ ਤਾਂ ਘਿਓ ਛੱਡੇਗੀ ਵੀ ਨਾ। ਇਸ ਟਾਈਮ ਤੋਂ ਬੜਾ ਔਖਾ ਹੁੰਦਾ ਵਿੱਚ ਖਰਚੀ ਕਰਨਾ ਮੈਨੂੰ ਕੰਮ ਹੈ ਕਰਦਾ ਪੰਜੀਰੀ ਬਣਾਉਣ ਨੂੰ ਟਾਈਮ ਤਾਂ ਨਹੀਂ ਜ਼ਿਆਦਾ ਲੱਗਦਾ ਹੋਇਆ ਪਰ ਸਮਾਨ ਜੋ ਮੇਨ ਸਮਾਨ ਨੂੰ ਜਮ੍ਹਾਂ ਹੁੰਦਾ ਨਾ ਆਟਾ ਦਾਲ ਇਹ ਭੁੰਨਣ ਲੱਗੇ ਬਹੁਤ ਟਾਈਮ ਲੱਗਦਾ ਹੈ। ਇਹ ਜੋ ਭੁੱਜੇਗੀ ਨਾ ਇੱਕਦਮ ਜਿਹੜੇ ਹੁਣ ਮੇਰਾ ਬਹੁਤ ਜ਼ਿਆਦਾ ਹਾਰਡ ਲੱਗ ਰਿਹਾ ਮੈਨੂੰ ਕੜਛੀ ਫਿਰਨਾ ਅਤੇ ਫਿਰ ਈਜ਼ੀ ਹੋ ਜਾਂਦਾ ਹੈ। ਹੁਣ ਇੱਧਰ ਵੇਖੋ ਨਾਲ ਤੇ ਦਾਲ ਦੀ ਜਿਹੜੀ ਖੁਸ਼ਬੂ ਬਹੁਤ ਸੋਹਣੀ ਆਉਣ ਲੱਗੀ ਨਾਲ ਘਿਓ ਉੱਤੇ ਉੱਤੇ ਵੇਖਦਾ ਹੋਏਗਾ ਨਾ ਦਾਲ ਦਾਲੀਆਂ ਆਟਾ ਪਕਾਉਣ ਲੱਗੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ। ਥੋੜ੍ਹੀ ਜਿਹੀ ਉਹ ਕਰਕੇ ਨਾ ਛੱਡ ਦੇਣਾ ਇਹਨੂੰ ਚੰਗੀ ਤਰ੍ਹਾਂ ਫਲੱਫੀ ਕਰਨਾ। ਹੁਣ ਵੇਖੋ ਮੈਂ ਕੜਛੀ ਮਾਰਦੀ ਪਈ ਨਾ ਕਿੰਨੀ ਸੋਹਣੀ ਵੱਜਦੀ ਪਈ ਇਹਨੇ ਮੇਰੀ ਬਾਂਹ ਦੁੱਖਣ ਲੱਗ ਗਈ ਸੀ ਪਹਿਲਾਂ। ਮੇਰੇ ਹਸਬੈਂਡ ਨੇ ਜਿਹੜਾ ਸਮਾਨ ਪੀਸਤਾ ਅਤੇ ਹਰ ਵਾਰ ਸਮਾਨ ਪੀਸਣ ਦੀ ਇਹਨਾਂ ਦੀ ਡਿਊਟੀ ਲਾਈ ਹੋਈ ਮੈਂ ਸਮਾਨ ਪਾਏ ਵੇਟ 'ਚ ਪਾ ਦਾਂਗੇ ਡਰਾਈ ਫਰੂਟਸ ਜਿੰਨੇ ਆ ਗਿਆ ਨਾ ਮੂੰਹ 'ਚ ਪਾਣੀ ਇਸ ਟਾਈਮ ਮੇਰੇ ਕਾਕੇ ਖਾਣਗੇ ਸਵਾਦ ਨੇ ਨਾਲ ਹੁਣ ਮੈਨੂੰ ਤਾਰ ਲੰਘ ਨੀਚੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਹੁਣ ਇਹਨੂੰ ਠੰਡੇ ਹੋਣ ਦੇਵਾਂਗੀ ਫਿਰ ਉਸ ਤੋਂ ਬਾਅਦ ਖੰਡ ਪਿਲਾਵਾਂਗੀ। ਜੇ ਇਸ ਟਾਈਮ ਮੈਂ ਗਰਮ ਗਰਮ ਵਿੱਚ ਖੰਡ ਮਿਲਾਤੀ ਨਾ ਉਦੋਂ ਪਾਣੀ ਪਾਣੀ ਹੋ ਜਾਏਗਾ ਦੇਸੀ ਖੰਡ ਮਿਲਾਵਾਂਗੀ। ਇਸ ਟਾਈਮ ਤੁਸੀਂ ਮਿਸ਼ਰੀ ਵੀ ਐਡ ਕਰ ਸਕਦੇ ਹੋ।
ਬਸ ਚੀਨੀ ਨਾ ਮਿਲਾਉਣਾ, ਚੀਨੀ ਦਾ ਟੇਸਟ ਅੱਛਾ ਨਹੀਂ ਲੱਗਦਾ ਹੈਗਾ ਇਹਦੇ 'ਚ। ਦੇਸੀ ਖੰਡ ਹੀ ਸਾਰੇ ਵਾਸਤੇ ਵਧੀਆ ਰਹਿੰਦੀ, ਦੇਸੀ ਖੰਡ ਨੂੰ ਸਾਰੇ ਖਾ ਸਕਦੇ ਨੇ। ਚੱਲ ਠੰਡਾ ਹੋ ਚੁੱਕਿਆ ਅਤੇ ਬੇਸਣ ਨੂੰ ਵੀ ਤਿਆਰ ਕਰ ਦਾਂਗੇ। ਕਮਜ਼ੋਰੀ ਹੁੰਦੀ ਹੈ ਨਾ, ਇਹ ਜਿਹੜੇ ਖੁਦ ਦਾਲ ਵਿੱਚ ਵੀ ਬੜੀ ਤਾਕਤ ਹੈ, ਬੇਸਣ ਪਾਉਣ ਨਾਲ ਜਿਹੜੇ ਨਜ਼ਲਾ ਖਾਂਸੀ ਤੋਂ ਜਿਹੜਾ ਆਰਾਮ ਰਹੇਗਾ ਸਰਦੀ ਵਿੱਚ। ਖਸਖਸ ਹੈ ਇਹ ਵੀ ਜ਼ੁਕਾਮ ਵਾਸਤੇ ਬਹੁਤ ਵਧੀਆ ਹੁੰਦੀ ਹੈ, ਸਿਰ ਦੀ ਕਮਜ਼ੋਰੀ ਨਾ ਇਹਦੇ ਨਾਲ ਵੀ ਦੂਰ ਹੁੰਦੀ ਹੈ। ਇਹਨੂੰ ਨਹੀਂ ਪੀਸੀਦਾ ਸਰ ਜੀ? ਨਹੀਂ ਇਹਨੂੰ ਨਹੀਂ ਪੀਸੀ ਬੰਦਾ, ਨਹੀਂ ਫਰਾਈ ਕਰਦਾ, ਫਰਾਈ ਵੀ ਨਹੀਂ ਹੁੰਦਾ ਹੈਗਾ, ਸਿਰਫ ਦੁੱਧ ਵਿੱਚ ਕੱਕ ਜਿਵੇਂ ਪੀਸ ਕੇ ਨਾ, ਜਿਵੇਂ ਤੁਸੀਂ ਸੁੱਕੀ ਉਹ ਕਰਨੀ ਹੋਏ ਅਤੇ ਇਹਨੂੰ ਬਦਾਮ ਦੇ ਨਾਲ ਪੀਸ ਕੇ ਅਤੇ ਦੁੱਧ 'ਚ ਪਾ ਲਓ। ਅੱਛਾ, ਅਤੇ ਇੱਕ ਜਿਵੇਂ ਖਾਂਸੀ ਹੋਈ ਹੋਈ ਨਾ, ਜਿਹਨੂੰ ਕੁੱਤਾ ਖਾਂਸੀ ਆਪਾਂ ਕਰਨੀ ਹੈ ਅਤੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਇੱਕ ਚਮਚ ਸ਼ਹਿਦ ਅਤੇ ਉਹਦੇ ਵਿੱਚ ਕਾਲੀ ਮਿਰਚ, ਕਾਲੀ ਮਿਰਚ ਦਾ ਪਾਊਡਰ, ਉਹਨੂੰ ਮਿਲਾ ਕੇ ਖਾ ਲਓ ਤਿੰਨ ਟਾਈਮ, ਤਿੰਨ ਦਿਨ ਲਗਾਤਾਰ, ਅਤੇ ਖਾਂਸੀ ਜਿੰਨੀ ਮਰਜ਼ੀ ਗੰਦੀ ਹੋਈ ਹੋਏ ਸਹੀ ਹੋ ਜਾਵੇਗੀ। ਬੱਚੇ ਸੁੱਤੇ ਪਏ ਸੀ, ਉੱਠ ਕੇ ਪਰਵਿੰਦਰ ਸਿੰਘ ਤੇਰਾ ਨੰਬਰ ਆ ਗਿਆ ਮਿਕਸਿੰਗ ਕਰਨ ਦਾ, ਉੱਠ ਗਏ ਤੂੰ? ਵੱਡੇ ਸਰਦਾਰ ਜੀ, ਵੱਡੇ ਸਰਦਾਰ ਜੀ, ਵੱਡੇ ਸਰਦਾਰ ਜੀ ਹਲੇ ਸੁੱਤੇ ਨੇ, ਨਿੱਕਾ ਸਰਦਾਰ ਉੱਠ ਗਿਆ, ਮਾਂ ਦਾ ਪੱਪੂ ਸਰਦਾਰ ਉੱਠ ਕੇ ਆਲੂ ਕੱਟਣ ਦਿਆ ਸੀ। ਆਹ ਦੇਖੋ ਆਲੂ ਸਾਡੇ ਘਰ, ਆਲੂ ਪਿਆਜ਼ ਬਹੁਤ ਬਣਦੇ ਨੇ ਹਨਾ, ਆਲੂ ਦੀ ਸਬਜ਼ੀ ਹੈ ਨਾ, ਮਿਲਪੋਤੀ ਬਣਾਉਂਦਾ ਛਦਕੇ ਨੀ, ਛਦਕੇ ਨੀ ਕੁਕਲੇ ਸਰਦਾਰ ਦੇ ਛਦਕੇ। ਮੇਰਾ ਪੁਪਲੂ ਸਰਦਾਰ ਉੱਠ ਗਿਆ ਅਤੇ ਏਕਮ ਦੇ ਡੈਡੀ ਹੁਣ ਮਿਕਸ ਕਰ ਰਹੇ ਨੇ। ਕਾਕਾ ਸਬਜ਼ੀ ਬਣਾ ਲਈ? ਡੈਡੀ ਨੇ ਯੰਮੀ ਯੰਮੀ ਚੀਜ਼ੀ ਬਣਾਤੀ ਕਾਕੇ ਵਾਸਤੇ, ਹੈਗਾ ਹੈਗਾ ਪੁੱਪੂ ਨਹੀਂ ਇੱਥੇ ਠੰਡੀ ਹੋ ਜਾਣੀ, ਮੌਸਮ ਠੰਡਾ ਹੀ ਹੈ। ਜ਼ਿਆਦਾ ਟਾਈਮ ਨਹੀਂ ਲੱਗਣਾ ਠੰਡੇ ਹੋਣ ਵਿੱਚ, ਕਿਉਂਕਿ ਸਰਦੀ ਦਾ ਟਾਈਮ ਨਾ, ਸਾਡੇ ਇੱਧਰਲੇ ਪਾਸੇ ਖੁੱਲ੍ਹਾ ਏਰੀਆ ਨਾ, ਅਤੇ ਇਸ ਕਰਕੇ ਥੋੜ੍ਹੀ ਠੰਡ ਹੋ ਗਈ ਹੈ। ਲੈ ਸੁਣ ਮਿਕਸ ਕਰ, ਦੇਸੀ ਖੰਡ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ, ਮੈਂ ਅੱਜ ਕਿਲੋ ਪਾਈ ਹੈ, ਮੈਂ ਤਾਂ 2 ਕਿਲੋ ਹੀ ਪਾਊਂਗੀ। ਦੇਖੋ ਬਾਬਾ ਜੀ ਨੂੰ ਭੇਜੀ, ਮੈਂ ਬਾਬਾ ਜੀ ਨੂੰ ਕਿਹਾ, ਮੈਂ ਬਾਬਾ ਜੀ ਮੇਰੇ ਬੱਚੇ ਵਾਸਤੇ ਕੁਛ ਮਿੱਠਾ ਨਹੀਂ ਹੈਗਾ ਖਾਣ ਵਾਸਤੇ, ਬਾਬਾ ਜੀ ਕਹਿੰਦੇ ਅੱਛਾ, ਕਹਿੰਦੇ ਖਤਮ ਹੋ ਗਿਆ ਮਿੱਠਾ ਮਿੱਕ, ਹੋਰ ਕੀ। ਬਾਬਾ ਜੀ ਕਹਿੰਦੇ ਅੱਛਾ, ਕਹਿੰਦੇ ਮੈਂ ਨਾ ਫਿਰ ਕੜਾਇਆ ਬਣਵਾ ਕੇ ਨਾ ਵੱਡਾ ਸਾਰਾ ਉਹ ਕਾਕੇ ਵਾਸਤੇ ਭੇਜ ਦਿੰਦੀ ਹਾਂ। ਦੇਖ ਲਓ ਬਾਬਾ ਜੀ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਨੇ ਨਾ, ਹੈ ਨਾ ਤੁਹਾਡੇ। ਸਪੈਸ਼ਲ ਐਂਡ ਸਵਾਦਿਸ਼ਟ ਮੈਂਕ ਬ੍ਰਾਂਡ ਦੇਸੀ ਖਾਂਡ। ਤੁਹਾਡੇ ਤੋਂ ਮੂੰਹ ਮੇਂ ਪਾਣੀ ਆ ਰਿਹਾ ਹੈ, ਇਸਕੇ ਮੂੰਹ ਮੇਂ ਵੀ ਪਾਣੀ ਆ ਰਿਹਾ ਹੈ, ਤੁਹਾਡੇ ਮੂੰਹ 'ਚ ਪਾਣੀ ਆਉਂਦਾ ਹੈ। ਸਰ ਆਪਾਂ ਇਹਦੇ ਲੱਡੂ ਬਣਾਵਾਂਗੇ ਕਿ ਪੰਜੀਰੀ ਰੂਪ 'ਚ ਰੱਖਾਂਗੇ? ਪੰਜੀਰੀ ਰੱਖਾਂਗੇ, ਪੰਜੀਰੀ ਰੂਪ 'ਚ ਹੈ। ਹਾਂ ਪਰ ਉਹ ਸਵੇਰੇ ਥੋੜ੍ਹੇ ਜਿਹੇ ਗਰਮ ਕਰਕੇ ਨਾ ਚਾਹ ਦੇ ਨਾਲ ਟੇਸਟੀ ਲੱਗਦੇ ਨੇ। ਉਹ ਜੇ ਕੋਈ ਲੱਡੂ ਬਣਾਉਣਾ ਚਾਹੇ ਲੱਡੂ ਬਣਾ ਲੇ। ਅੱਛਾ ਆਏ 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 ਆਏ,
ਬਾਣੀ ਚੀਜ਼ੀ ਬਣ ਰਹੀ ਹੈ ਤੁਮ ਸਭ ਕੇ ਲਈ। ਅੱਛਾ ਕੋਈ ਘਰ ਆ ਕੇ ਖਾਣਾ ਚਾਹੀਦਾ ਤਾਂ ਆ ਵੀ ਸਕਦਾ, ਮੋਸਟ ਵੈਲਕਮ ਹੈ। ਜੇ ਤੁਸੀਂ ਇਹਦੇ ਲੱਡੂ ਬਣਾਉਣੇ ਨਾ ਅਤੇ ਆਹ ਤਾਂ ਮੈਂ ਪੰਜੀਰ ਦੇ ਹਿਸਾਬ ਨਾਲ ਬਣਾਇਆ ਨਾ, ਲੱਡੂ ਨਹੀਂ ਬਣਦੇ ਹੈਗੇ। ਅਤੇ ਜੇ ਤੁਸੀਂ ਲੱਡੂ ਬਣਾਉਣੇ ਨਾ ਤਾਂ ਘਿਓ ਥੋੜ੍ਹਾ ਜਿਹਾ ਜ਼ਿਆਦਾ ਪਾ ਲੈਣਾ ਇਹਦੇ 'ਚ, ਸੁਣੇ ਦਿਓ ਨੀਚੇ ਨੀਚੇ ਥੋੜ੍ਹਾ ਗਰਮ ਹੀ ਹੈ। ਜੇਕਰ ਗਰਮ ਗਰਮ ਚ ਪਾ ਦਾਂਗੇ ਨਾ ਤੇ ਬਿਲਕੁਲ ਗਤਾਵਾ ਜਿਹਾ ਹੋ ਜਾਏਗਾ। ਭੈਣ ਜੀ ਤੁਸੀਂ ਨਾ ਹੈਲਪ ਕਰਨਾ, ਮੈਂ ਕਰ ਲੂੰਗੀ ਆਪੇ ਨਾ। ਜਿਹੜੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ। ਮੇਰਾ ਕਾਕਾ ਖਾ ਕੇ ਖਾਏਗਾ ਕਿਵੇਂ ਦੀ ਬਣੀ ਹੈ। ਬਾਈ ਅੱਛਾ ਹੈ ਨਾ, ਤੁਹਾਨੂੰ ਕੋਈ ਪਸੰਦ ਆਇਆ ਨਾ? ਬਾਬਾ ਜੀ ਨੇ ਭੇਜਿਆ ਤਾਂ ਫਿਰ ਤਾਂ ਪਸੰਦ ਆਣੀ ਹੈ। ਮੈਂ ਤਾਂ ਹੀ ਕੋਈ ਸਮਾਨ ਬਣਾਉਂਦੀ ਕਾਕੇ ਵਾਸਤੇ, ਮੈਨੂੰ ਪਤਾ ਹੈ ਬਾਬਾ ਜੀ ਨੇ ਭੇਜ ਹੀ ਦੇਣਾ ਮੇਰੇ ਕਾਕੇ ਵਾਸਤੇ, ਹੈ ਨਾ ਹੈ ਨਾ ਸੋਣੀਏ। ਮਿੱਠਾ ਕਾਹਦੇ ਕੋਲ ਦਿਲ ਕਰ ਰਿਹਾ ਸੀ ਨਾ, ਅਜੇ ਚੀਨੀ ਚੰਗੀ ਤਰ੍ਹਾਂ ਮਿਕਸ ਨਹੀਂ ਹੋਈ। ਅਰੇ ਉਹ ਨੀਚੇ ਗਰਮ ਹੈ ਨਾ ਇਸ ਕਰਕੇ। ਤੇ ਜੇ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਕਰੋ, ਸ਼ੇਅਰ ਕਰੋ, ਨਾਲੇ ਕਮੈਂਟ ਕਰੋ। ਕਮੈਂਟ ਕਰਕੇ ਮੈਨੂੰ ਦੱਸਣਾ ਕਿ ਬੱਚਿਆਂ ਨੂੰ ਕਿੰਨੀ ਪਸੰਦ ਆਈ ਪੰਜੀਰੀ। ਬਾਏ ਕਰੋ, ਬਾਏ ਕਰ ਦਿਓ। ਬਾਬਾ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਬਾ ਜੀ। ਮੈਂ ਵੀ ਚੈੱਕ ਕਰਾਂ, ਲੱਡੂ ਇਹਦੇ ਵਿੱਚ ਨਹੀਂ ਪੁੱਤ, ਇਹਦੇ ਵਿੱਚ ਨਹੀਂ, ਇਹਦੇ ਵਿੱਚ ਨਹੀਂ। ਚਲੋ ਮੈਂ ਪਲੇਟ ਵਿੱਚ ਪਾ ਕੇ ਦਿੰਦੀ ਤੁਹਾਨੂੰ।